ਦੱਸ ਦਈਏ ਕਿ ਜ਼ਬਰਦਸਤ ਹੰਗਾਮਾ ਹੋਇਆ ਸੀ। ਕੈਦੀਆਂ ਨੇ ਪੁਲਿਸ ਕਰਮੀਆਂ ਤੇ ਹਮਲਾ ਕੀਤਾ ਸੀ। ਜੇਲ੍ਹ ਦੀ ਛੱਤ ਤੇ ਚੜ ਕੇ ਕੈਦੀਆਂ ਨੇ ਅੱਗ ਲਗਾ ਦਿੱਤੀ ਸੀ ਤਾਂ ਕੈਦੀਆਂ ਨੇ ਜੇਲ੍ਹ ਦੇ ਵਿੱਚ ਪਥਰਾਅ ਕੀਤਾ, ਭੰਨ ਤੋੜ ਕੀਤੀ। ਭਾਰੀ ਪੁਲਿਸ ਬਲ ਅਤੇ ਪੈਰਾਮਿਲਟਰੀ ਬੁਲਾਉਣੀ ਪਈ। ਇੱਥੋਂ ਤੱਕ ਹਾਲਾਤ ਬਣ ਗਏ ਸਨ ਕਿਉਂਕਿ ਧੂਏ ਦਾ ਗੁਬਾਰ ਉੱਠਦਾ ਹੋਇਆ ਵੀ ਨਜ਼ਰ ਆਇਆ। ਤਸਵੀਰਾਂ ਸਾਹਮਣੇ ਆਈਆਂ ਸਨ, ਜਿਸ ਤੋਂ ਬਾਅਦ ਹੁਣ ਮਾਮਲੇ ਦੇ ਵਿੱਚ ਮੈਜਿਸਟ੍ਰੇਟ ਜਾਂਚ ਦੇ ਹੁਕਮ ਦਿੱਤੇ ਗਏ ਨੇ। SHO ਦੇ ਸਮੇਂ ਦੱਸਦੇ ਕਿ 4 ਪੁਲਿਸ ਮੁਲਾਜ਼ਮ ਜ਼ਖਮੀ ਹੋਏ ਸਨ ਔਰ ਕਈ ਕੈਦੀ ਵੀ ਜ਼ਖਮੀ ਹੋਏ, ਹਸਪਤਾਲ ਦੇ ਵਿੱਚ ਭਰਤੀ ਕਰਾਇਆ ਗਿਆ। ਕਈ ਮੰਗਾਂ ਨੂੰ ਲੈ ਕੇ ਪ੍ਰਦਰਸ਼ਨ ਕੀਤਾ ਜਾ ਰਿਹਾ ਸੀ ਕੈਦੀਆਂ ਦੇ ਵੱਲੋਂ। ADGP ਦੀ ਇਹ ਸਟੇਟਮੈਂਟ ਆਈ ਔਰ ਇਹ ਤਸਵੀਰਾਂ ਉਸ ਮੌਕੇ ਦੀਆਂ ਨੇ। ਔਰ ਹਾਲ ਹੀ ਦੇ ਵਿੱਚ ਨਿਤਿਨ ਲੁਥਰਾ ਮੇਰੇ ਸਹਿਯੋਗੀ ਫੋਨ ਲਾਈਨ ਤੇ ਨੇ। ਨਿਤਿਨ, ਕੀ ਕੁਝ ਜਾਣਕਾਰੀ ਹੈ, ਕਿਸ ਤਰੀਕੇ ਦੇ ਨਾਲ ਹੰਗਾਮਾ ਹੋਇਆ ਇਹ ਕੱਲ ਸਭ ਨੇ ਵੇਖਿਆ, ਤਾਂ ਹੁਣ ਕੀ ਕੁਝ ਹੁਕਮ ਹੋਏ? ਗੁਰਜੋਤ, ਬਿਲਕੁਲ, ਜਿਹੜਾ ਕੱਲ ਹੰਗਾਮਾ ਹੋਇਆ ਕਰੀਬ ਕਰੀਬ 8 ਘੰਟੇ ਲੱਗ ਗਏ ਪੈਰਾਮਿਲਟਰੀ ਫੋਰਸ ਔਰ ਪੰਜਾਬ ਪੁਲਿਸ ਨੂੰ, ਜੇਲ੍ਹ ਡਿਪਾਰਟਮੈਂਟ ਨੂੰ ਇਸ ਨੂੰ ਕੰਟਰੋਲ ਕਰਦਿਆਂ। ਉਸ ਤੋਂ ਬਾਅਦ ADGP ਲਾਅ ਐਂਡ ਆਰਡਰ, DC ਗੁਰਦਾਸਪੁਰ ਦੇ ਨਾਲ ਹੋਰ ਉੱਚ ਅਧਿਕਾਰੀ ਪਹੁੰਚਦੇ ਆ ਤੇ ਜਿਹੜੇ ਕੈਦੀ ਸਨ ਉਹਨਾਂ ਨੂੰ ਭਰੋਸਾ ਦਿੱਤਾ ਗਿਆ ਕਿ ਉਹਨਾਂ ਦੀਆਂ ਮੰਗਾਂ ਮੰਨੀਆਂ ਜਾਣਗੀਆਂ, ਜਿਸ ਦੇ ਵਿੱਚ ਅਹਿਮ ਮੰਗ ਜਿਹੜੀ ਸੀ ਉਹ ਸਿਹਤ ਸੁਵਿਧਾਵਾਂ ਨੂੰ ਲੈ ਕੇ ਸੀ। DC ਗੁਰਦਾਸਪੁਰ ਨੇ ਹੁਕਮ ਜਾਰੀ ਕਰ ਦਿੱਤੇ ਆ ਕਿ 3 ਦਿਨ ਦੇ ਅੰਦਰ ਅੰਦਰ ਸਿਹਤ ਸੁਵਿਧਾਵਾਂ ਜਿਹੜੀਆਂ ਨੇ ਉਹ ਠੀਕ ਹੋ ਜਾਣਗੀਆਂ ਔਰ ਇਸ ਦੇ ਨਾਲ ਨਾਲ ਜਿਹੜੇ ਡਾਕਟਰਸ ਨੇ ਉੱਥੇ ਹੋਰ ਪੁਆਇੰਟ ਕਰ ਦਿੱਤੇ ਜਾਣਗੇ ਤਾਂ ਕਿ ਕਿਸੇ ਨੂੰ ਕੋਈ ਮੁਸ਼ਕਲ ਨਾ ਆਵੇ। ਔਰ ਇਸ ਦੇ ਨਾਲ ਨਾਲ ਗੁਰਜੋਤ ਇਹ ਵੀ ਕਹਿ ਦਿੱਤਾ ਗਿਆ ਕਿ ਜੇਲ੍ਹ ਦੇ ਅੰਦਰ ਜਿਹੜਾ ਇਲਾਜ ਨਹੀਂ ਹੋਏਗਾ ਉਹ ਗੁਰਦਾਸਪੁਰ ਹਸਪਤਾਲ ਲਿਜਾ ਕੇ ਕੀਤਾ ਜਾਏਗਾ। ਇਸ ਤੋਂ ਇਲਾਵਾ ਨਾਲ ਹੀ ADGP ਲਾਅ ਐਂਡ ਆਰਡਰ ਨੇ ਹੁਕਮ ਜਾਰੀ ਕਰ ਦਿੱਤੇ ਨੇ ਕਿ ਇਨਕੁਆਇਰੀ ਹੋਏਗੀ ਔਰ ਇਸ ਦੇ ਨਾਲ ਨਾਲ ਜੋ ਜਾਣਕਾਰੀ ਮਿਲ ਰਹੀ ਆ ਕਿ ਜੁਡੀਸ਼ਰੀ ਇਨਕੁਆਇਰੀ ਦੀ ਵੀ ਜਿਹੜੀ ਆ ਉਹ ਗੱਲ ਕੀਤੀ ਗਈ ਹੈ, ਉਹ ਵੀ ਮਾਰ ਕੀਤੀ ਗਈ ਹੈ। ਜੀ ਗੁਰਜੋਤ, ਠੀਕ ਹੈ, ਬਹੁਤ ਬਹੁਤ ਸ਼ੁਕਰੀਆ ਨਿਤਿਨ ਤਮਾਮ ਜਾਣਕਾਰੀ ਦੇ ਲਈ। ਤਾਂ ਅਹਿਮ ਹੈ ਕਿ ਮੰਗਾਂ ਨੂੰ ਲੈ ਕੇ ਇਹ ਸਭ ਹੰਗਾਮਾ ਹੋਇਆ, ਇਸ ਤੋਂ ਬਾਅਦ ADGP ਦੀ ਸਟੇਟਮੈਂਟ ਵੀ ਆਈ ਤਾਂ ਹੁਣ ਮੈਜਿਸਟ੍ਰੇਟ ਜਾਂਚ ਦੇ ਹੁਕਮ ਵੀ ਦੇ ਦਿੱਤੇ ਗਏ। ਜਿਹੜੇ ਪੁਆਇੰਟਸ ਉਹਨਾਂ ਨੇ ਦਿੱਤੇ ਨੇ ਉਹਨਾਂ ਪੁਆਇੰਟਸ ਦੇ ਵਿੱਚ ਕੁਛ ਛੋਟੇ ਲੈਵਲ ਦੇ ਮੁਲਾਜ਼ਮਾਂ ਦੀਆਂ ਕੁਛ ਕਮੀਆਂ ਪੇਸ਼ੀਆਂ ਸੀ ਜਿਨ੍ਹਾਂ ਨੂੰ ਅਸੀਂ ਕਲਮਬੰਦ ਕੀਤਾ ਹੈ ਔਰ ਜੇਲ੍ਹ ਡਿਪਾਰਟਮੈਂਟ ਦੇ ਧਿਆਨ 'ਚ ਲਿਆਂਦਾ ਹੈ। ਉਹਦਾ ਹੱਲ ਵੀ ਵਿਦਨ 3 ਡੇਜ਼ ਕੀਤਾ ਜਾਏਗਾ। ਇਸ ਤੋਂ ਇਲਾਵਾ ਕੁਛ ਮੈਡੀਕਲ ਇਸ਼ੂ ਸੀਗੇ, ਕਾਮਨ ਮੈਡੀਕਲ ਇਸ਼ੂਸ ਇਨਮੇਟਸ ਦੇ, ਜਿਨ੍ਹਾਂ ਨੂੰ ਉਹਨਾਂ ਨੇ ਸਾਡੇ ਨਾਲ ਬੈਠ ਕੇ ਗੱਲਬਾਤ ਕਰਦਿਆਂ ਹਾਈਲਾਈਟ ਕੀਤਾ। ਡਿਪਟੀ ਕਮਿਸ਼ਨਰ ਗੁਰਦਾਸਪੁਰ ਇੱਥੇ ਨੇ, ਇਹਨਾਂ ਦੇ ਸਾਹਮਣੇ ਗੱਲ ਹੋਈ ਹੈ। ਇਹ 3 ਡਾਕਟਰਸ ਦੀ ਟੀਮ ਚੁਣ ਕੇ, ਡਿਫਰੈਂਟ ਸਪੈਸ਼ਲਿਸਟ ਦੀ, ਅਗਲੇ 3 ਦਿਨ ਸਾਰੇ ਜਿਹੜੇ ਇਨਮੇਟਸ ਨੇ ਜਿਨ੍ਹਾਂ ਨੂੰ ਕੋਈ ਮੈਡੀਕਲ ਇਸ਼ੂਸ ਨੇ ਉਹਨਾਂ ਦਾ ਮੈਡੀਕਲ ਕਰਵਾਉਣਗੇ ਔਰ ਜੋ ਬਣਦਾ ਸਰਦਾ ਵਧੀਆ ਤਰੀਕੇ ਦਾ ਮੈਡੀਕਲ ਟ੍ਰੀਟਮੈਂਟ ਹੈ, ਬੇਸ਼ੱਕ ਉਹਦੇ ਲਈ ਉਹਨਾਂ ਨੂੰ ਹੋਸਪਿਟਲ ਲਿਜਾਣਾ ਪਏ, ਕਿਸੇ ਦਾ MRI ਕਰਾਉਣਾ ਪਏ, ਕਿਸੇ ਦਾ ਸਕੈਨ ਕਰਾਉਣਾ ਪਏ, ਉਹ DC ਸਾਹਿਬ ਸਾਡੇ ਨਾਲ ਖੜ੍ਹੇ ਨੇ,